ਮਾਲੀ ਬੇਨਿਮੀਦੀ ਜਾਂਚ ਕਰਨ ਲਈ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ 200 ਕਰੋੜ ਰੁਪਏ ਦੇ ਭਾਰਤ ਪੇਪਰਸ ਲਿਮਟਿਡ ਬੈਂਕ ਕਰਜ਼ਾ ਘੁਟਾਲੇ 'ਚ ਪੰਜਾਬ, ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ 'ਚ ਕਈ ਥਾਂ 'ਤੇ ਫੈਮਾਰੀ ਕੀਤੀ। ਈਡੀ ਦੇ ਇੱਕ ਬੁਲਾਰੀ ਨੇ ਸਬਰੀਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨੌਥਾਵਾਂ ਤੇ ਤਲਾਸ਼ੀ ਮਹਿੰਮ ਜਾਰੀ ਹੈ। ਬੀਪੀਐਲ ਸਤੰਬਰ 2006 ਵਿੱਚ ਹੁੰਦ ਵਿੱਚ ਆਈ ਭਾਰਤ ਬਾਕਸ ਫੈਕਟਰੀ ਇੰਡਸਟਰੀ ਲਿਮਟਿਡ ਦੀ ਸਹਿਯੋਗੀ ਕੰਪਨੀਆਂ ਜਿਹੜੀ ਜੰਮੂ ਅਤੇ ਲੁਧਿਆਣਾ 'ਚ ਪੇਪਰ ਬੋਰਡ ਪੈਕਿੰ ਈ.ਡੀ. ਦੀਆਂ ਟੀਮਾਂ ਵੱਲੋਂ ਲੁਧਿਆਣਾ ਦੇ ਤਾਜਪੁਰ ਰੂਟ ਤੇ 35 ਭਾਰਤ ਬਾਕਸ ਫੈਕਟਰੀ ਦੇ ਕਰਮਚਾਰੀਆਂ ਦੇ ਘਰਾਂ ਵਿੱਚ ਵੀ ਛਾਪੇਮਾਰੀ ਕੀਤੀ।